ਨਵੇਂ ਕੋਈ ਜੈਕਟ ਪਾਈ, ਨੀਲੀ ਬਾਰ ਦਾ ਖੋਤਾ ਲੱਗ ਰਿਹਾ ਕੀ, ਐਡੀ ਮੋਟੀ ਜੈਕਟ ਡਾਂਗਾ ਖਾਣੀਆਂ ਜੀ ਚਾਚਾ ਜੀ। ਇਸ ਟਾਈਮ ਮਜ਼ਾਕ ਰਾਤ ਸ਼ੋਅ 'ਚ ਮਾਸ਼ਾਅੱਲਾ ਤੁਸੀਂ ਬਹੁਤ ਅੱਛੀ ਕੌਮੇਡੀ ਕਰ ਰਹੇ ਹੋ ਅਤੇ ਸ਼ੋਅ ਦੀ ਜਾਨ ਹੋ ਤੁਸੀਂ, ਅਤੇ ਅੱਜ ਕੱਲ੍ਹ ਰਿਕਾਰਡਿੰਗਾਂ ਨਹੀਂ ਚੱਲ ਰਹੀਆਂ? ਸਰ ਜੀ ਉਹ ਰਿਕਾਰਡਿੰਗਾਂ ਚੱਲ ਰਹੀਆਂ ਨੇ, ਦਰਅਸਲ ਅਸੀਂ ਰਿਕਾਰਡ ਕੀਤੇ ਹੋਏ ਨੇ ਉਹ, ਤੁਹਾਨੂੰ ਦੱਸਿਆ ਨਾ ਠਾਕੁਰ ਸਾਹਿਬ ਅਕਰਮ ਬਾਈ ਗਏ ਨੇ ਫਿਲਮ ਵਾਸਤੇ, ਅਤੇ ਇੱਕ ਅੱਧੇ ਦਿਨ 'ਚ ਰਿਕਾਰਡਿੰਗਾਂ ਸ਼ੁਰੂ ਹੋ ਜਾਣਗੀਆਂ, ਆ ਜਾਣਗੇ ਕੱਲ੍ਹ ਵਾਪਸ, ਅਤੇ ਅਸੀਂ ਮਜ਼ਾ ਲਾਵਾਂਗੇ ਜੀ। ਮਜ਼ਾਕ ਰਾਤ ਦਾ ਵੀ ਇੱਕ ਬੜਾ ਵਾਕਿਆ ਜੀ ਜਾਣ ਦਾ, ਤੁਹਾਨੂੰ ਤਾਂ ਪਤਾ ਹੈ ਕਿ ਕੁਛ ਫਨਕਾਰ ਹੈ ਨਾ ਮੇਰੇ ਨਾਲ ਦਰਅਸਲ ਪਿਆਰ ਬਹੁਤ ਜ਼ਿਆਦਾ ਕਰਦੇ ਨੇ। ਮੈਂ ਸਿਆਸੀ ਥੀਏਟਰ ਇੱਕ ਪ੍ਰੋਗਰਾਮ ਸੀ ਛੱਡਿਆ, ਅਤੇ ਅਸੀਂ ਦਰਜਾ ਸ਼ਰਾਰਾ ਜੁਆਇਨ ਕਰਨਾ ਸੀ ਪ੍ਰੋਗਰਾਮ, ਸਾਹ ਜੀ ਨੂੰ ਵਾਕਿਆ ਦਾ ਪਤਾ ਹੈਗਾ, ਅਤੇ ਮੈਂ ਉਹ ਸਿਆਸੀ ਥੀਏਟਰ ਛੱਡ ਦਿੱਤਾ ਆਪ ਹੀ, ਮੈਨੂੰ ਵਸੀ ਸ਼ਾਹ ਸਾਹਿਬ ਕਹਿੰਦੇ ਵੀਰੇ ਸਾਰੀ ਟੀਮ, ਮੈਂ ਕਹਿੰਦੀ ਹੁਣ ਮੈਂ ਜਾਣਾ ਚਾਹ ਰਿਹਾ, ਅਤੇ ਉਹ ਜਦੋਂ ਸਮਾਂ ਦਾ ਇੱਕ ਪ੍ਰੋਗਰਾਮ ਸੀ ਦਰਜਾ ਸ਼ਰਾਰਾ, ਉੱਥੇ ਜਾ ਕੇ ਅਤੇ ਸਾਰੇ ਫਨਕਾਰਾਂ ਨੇ ਕਹਿਤਾ ਅਸੀਂ ਕੈਸੇ ਰੁਪਈਏ ਨਾਲ ਕੰਮ ਨਹੀਂ ਕਰਨਾ, ਅਤੇ ਮੈਂ ਬੜਾ ਪਰੇਸ਼ਾਨ ਐਗਰੀਮੈਂਟ, ਮੈਂ ਕਿਹਾ ਯਾਰ ਉੱਧਰ ਮੈਂ ਛੱਡਿਆ ਉੱਧਰ ਮੈਂ ਜਾ ਨਹੀਂ ਸਕਦਾ, ਉਹ ਜੇ ਬੁਲਾ ਵੀ ਰਹੇ ਨੇ, ਅਤੇ ਮੈਂ ਇੰਗਲੈਂਡ ਚਲਾ ਗਿਆ, ਮੰਮੀ ਨਾਲ ਹੋਰ ਵੀ ਜਿਹੜਾ ਇੱਕ ਫਨਕਾਰ ਸਾਡੇ ਨਾਲ ਸਨ, ਉਹ ਮੈਂ ਸਾਡੀ ਹੁਣ ਸੁਲਾ ਉਹਨਾਂ ਨਾਲ, ਮੇਰਾ ਕੋਈ ਨਹੀਂ ਉਹਨਾਂ ਨਾਲ, ਮੇਰੇ ਦਿਲੋਂ ਕੋਈ ਗੱਲ ਨਹੀਂ ਹੈਗੀ, ਅਤੇ ਮੇਰੇ ਵੱਡੇ ਭਰਾ ਨੇ ਉਹ ਵੀ ਚਲੇ ਗਏ ਨਾਲ, ਅਤੇ ਮੈਂ ਹੁਣ ਐਗਰੀਮੈਂਟ ਵੀ ਮੇਰਾ ਉਹਨਾਂ ਨਾਲ ਸਭ ਤੋਂ ਪਹਿਲੇ ਹੋਇਆ ਸਾਹ ਜੀ, ਉਹ ਇੰਗਲੈਂਡ ਜਾ ਕੇ ਪਤਾ ਲੱਗਾ ਮੈਂ ਤਾਂ ਹੈ ਹੀ ਨਹੀਂ, ਫਿਰ ਪਤਾ ਲੱਗਾ ਕਿ ਫਨਕਾਰਾਂ ਨੇ ਕਿਹਾ ਜੀ ਜੇ ਉਹਨੂੰ ਰੱਖ ਲਿਆ ਤਾਂ ਗੱਲ ਸਾਨੂੰ, ਫਿਰ ਉਹਨੇ ਗੱਲ ਨਹੀਂ ਕਰਨ ਦੇਣੀ, ਮੈਂ ਕਿਹੜਾ ਮੈਂ ਜ਼ਬਾਨ 'ਚ ਕੋਲੇ ਪਾ ਦੇਣੇ ਕਿਸੇ ਦੇ। ਅੱਛਾ ਤੁਸੀਂ ਇਹ ਮੈਨੂੰ ਦੱਸੋ ਕਿ ਫੀਲਡ 'ਚ ਕਿਹੜੇ ਸੰਨ 'ਚ ਆਏ ਹੋ? ਮੈਂ ਸਰ ਜੀ ਮੇਰਾ ਖਿਆਲ 98 ਦੇ ਵਿੱਚ ਆਇਆ ਸਰ ਜੀ, 98 ਹਾਂਜੀ 1998 ਦੇ ਵਿੱਚ ਫੀਲਡ ਦੇ ਵਿੱਚ ਆਇਆ, ਉੱਥੇ ਤੁਹਾਨੂੰ ਕੋਈ ਐਸੀ ਗੱਲ ਨਹੀਂ, 92 'ਚ ਸਾਧ ਆਇਆ 98 'ਚ ਤੁਸੀਂ ਆ ਗਏ, ਬਸ ਠੀਕ ਹੈ। ਮੈਂ ਤੁਹਾਡੇ ਤੋਂ ਕੋਈ 6 ਸਾਲ ਜੂਨੀਅਰ ਹੈਗਾ ਮੇਰਾ, ਲੇਕਿਨ ਸਰ ਜੀ ਮੈਂ ਬੜਾ ਖੁਸ਼ ਨਸੀਬ ਹੈਗਾ ਮੈਂ ਤੁਹਾਨੂੰ ਦੱਸਣਾ, ਫਿਰ ਮੈਂ ਮਿਹਨਤ ਬਹੁਤ ਕੀਤੀ ਤੁਹਾਨੂੰ ਵੇਖ ਕੇ, ਮੈਨੂੰ ਤੁਸੀਂ ਮੈਨੂੰ ਅੱਜ ਵੀ ਯਾਦ ਹੈ ਜਦੋਂ ਮੈਂ ਸ਼ਗੀਰਦ ਹੋਇਆ ਨਾ ਸਲੀਮ ਅਲਬੇਲਾ ਸਾਹਿਬ ਦਾ ਮੁਲਤਾਨ ਸ਼ਰੀਫ 'ਚ, ਮੁਲਤਾਨ ਇਹਨਾਂ ਦਾ ਸ਼ਗੀਰਦ ਹੋਇਆ ਅਤੇ ਮੇਰੇ ਕੋਲ ਮਿਠਾਈ ਦੇ ਪੈਸੇ ਵੀ ਨਹੀਂ ਸਨ, ਮੈਂ ਇਹਨਾਂ ਕੋਲ ਧਾਗਾ ਬਣਾਇਆ, ਮੈਂ ਕਿਹਾ ਸਰ ਜੀ 200 ਰੁਪਈਆ ਦੇਣਾ ਮੈਂ ਤੁਹਾਡੇ ਲਈ ਮਠਿਆਈ ਲੈ ਕੇ ਆਉਣੀ, ਅਤੇ ਸਰ ਜੀ ਨੇ ਮੈਨੂੰ ਪੈਸੇ ਦਿੱਤੇ, ਫਿਰ ਮੈਨੂੰ ਦੁਆਵਾਂ ਦਿੱਤੀਆਂ, ਫਿਰ ਮੈਨੂੰ ਨਾਲ ਰੱਖਿਆ, ਇਤਨੀ ਕੁ ਮਿਹਨਤ ਕਰਵਾਈ, ਫਿਰ ਮੈਨੂੰ ਦੁਨੀਆ ਦਾ ਚੱਲਣ ਦਾ ਤਰੀਕਾ ਦੱਸਿਆ ਪੁੱਤਰ ਕਿ ਇੰਝ ਚੱਲਣਾ ਇੰਝ ਚੱਲਣਾ, ਲੇਕਿਨ ਮੈਂ ਥੋੜ੍ਹਾ ਜਿਹਾ ਜ਼ਿਆਦਾ, ਮੈਂ ਕਿਹਾ ਸਰ ਜੀ ਤੁਸੀਂ ਟੈਨਸ਼ਨ ਨਾ ਲਵੋ, ਔਰ ਇਹ ਮੈਨੂੰ ਲਫ਼ਜ਼ ਯਾਦ ਹੈ, ਮੈਂ ਕਿਹਾ ਸੀ ਕਿ ਤੁਸੀਂ ਇੱਕ ਦਿਨ ਆਏਗਾ ਕਿ ਫਖਰ ਕਰਿਆ ਕਰੋਗੇ ਆਪਣੇ ਸ਼ਾਗਿਰਦ 'ਤੇ ਕਿ ਕੈਸੇ ਰੁਪਈਆ ਮੇਰਾ ਸ਼ਾਗਿਰਦ 'ਤੇ, ਔਰ ਉਹ ਦਿਨ ਮੈਂ ਅੱਜ ਆਪਣੀਆਂ ਅੱਖਾਂ ਨਾਲ ਦੇਖ ਰਿਹਾ ਇਹ ਕੈਸੀ ਗੱਲ ਹੈ, ਅਤੇ ਤੁਹਾਡੇ ਅੱਬੂ ਨੇ ਵੀ ਤੁਹਾਡਾ ਅਰੂਜ ਦੇਖਿਆ, ਬਸ ਸਮਝੋ ਕਿ ਤੁਹਾਡੇ ਅੱਬੂ ਤੁਹਾਡੇ ਮੁਰਸ਼ਦ ਸੀਗੇ, ਮੇਰੇ ਵੀ ਸਨ, ਬਹੁਤ ਨਾਈਸ ਆਦਮੀ ਸਰ। ਮੈਂ ਸ਼ਾਇਦ ਇਹ ਪ੍ਰੋਗਰਾਮ ਦਾ ਲਾਸਟ ਹਿੱਸਾ ਹੋਵੇ ਇੰਟਰਵਿਊ ਦਾ, ਲੇਕਿਨ ਮੈਂ ਸਭ ਨੂੰ ਇਹ ਕਹਿਣਾ ਚਾਹੁੰਦਾ ਕਿ ਮੇਰੇ ਵਾਲਦ ਸਾਹਿਬ ਮੇਰੀ ਹਜੇ ਤੱਕ ਜ਼ਿੰਦਗੀ ਮੇਰੀ ਜਾਨ ਹੈ, 1.5 ਸਾਲ ਹੋ ਗਏ ਵਫਾਤ ਪਾ ਗਏ, ਅਤੇ ਜਿਨ੍ਹਾਂ ਦੇ ਵਾਲਦੈਨ ਜ਼ਿੰਦਾ ਹੈ ਖੁਦਾ ਵਾਸਤੇ ਉਹਨਾਂ ਦੀ ਰਿਸਪੈਕਟ ਕਰਿਆ ਕਰੋ, ਉਹਨਾਂ ਦੀ ਇੱਜ਼ਤ ਕਰਿਆ ਕਰੋ, ਉਹਨਾਂ ਨੂੰ ਕਦੀ ਨਾ ਕਹਿਆ ਕਰੋ ਕਿ ਅੱਬਾ ਜੀ ਨਹੀਂ ਤੁਹਾਨੂੰ ਨਹੀਂ ਪਤਾ ਜਾਂ ਅੰਮੀ ਜੀ ਤੁਹਾਨੂੰ ਨਹੀਂ ਪਤਾ, ਮੇਰੇ ਵਾਲਦ ਸਾਹਿਬ ਨਹੀਂ ਆਇਆ ਨਾ, ਅਤੇ ਮੈਂ ਰੋਜ਼ ਖੂਨ ਦੇ ਆਂਸੂ ਰੋਨਾ ਕਿ ਮੇਰੇ ਵਾਲਦ ਸਾਹਿਬ ਨੂੰ ਮੇਰੇ ਨਾਲ ਹੋਣਾ ਚਾਹੀਦਾ, ਮੇਰੇ ਯਾਰ ਸਨ, ਮਾਵਾਂ ਦੇ ਨਾਲ ਤਾਂ ਸਭ ਨੂੰ ਪਿਆਰ ਹੁੰਦਾ ਨਾ, ਮੈਨੂੰ ਆਪਣੇ ਵਾਲਦ ਸਾਹਿਬ ਨਾਲ ਆਪਣੀ ਮਾਂ ਤੋਂ 1000 ਗੁਣਾ ਜ਼ਿਆਦਾ ਪਿਆਰ ਸੀ, ਅਤੇ ਮੈਂ ਡੇਲੀ ਕਬਰਸਤਾਨ ਜਾਂਦਾ ਹੈ, ਉੱਥੇ ਦੁਆ ਕਰਨਾ, ਸੂਰਾ ਯਾਸੀਨ ਪੜ੍ਹਨਾ ਜੀ, ਮੈਂ ਤਸਬੀਹ ਕਰਨਾ, ਜੋ ਮੈਂ ਕਰਨਾ, ਮੈਂ ਇਸ ਕਰਕੇ ਦੱਸਣਾ ਚਾਹ ਰਿਹਾ ਕਿ ਸਾਰੇ ਕਰਿਆ ਕਰੋ, ਔਲਾਦ ਸਦਕਾ ਜਾ ਰਹੀ ਹੈ, ਇਨਸ਼ਾਅੱਲਾ ਇਹ ਕੱਲ੍ਹ ਨੂੰ ਤੇਰੀ ਔਲਾਦ ਵੀ ਕਰੇਗੀ ਕੈਸਰ, ਅੱਜ ਜੇ ਤੂੰ ਕਰ ਰਿਹਾ ਨਾ ਤਾਂ ਕੱਲ੍ਹ ਨੂੰ ਇੱਕ ਕਹਾਵਤ ਹੈ ਨਾ ਕਿ ਆਪਣਾ ਆਪਣੇ ਪਿਓ ਨੂੰ ਇੱਕ ਬੰਦਾ ਉਹ ਇੱਕ ਪਿਓ ਨੂੰ ਨਾ ਇੱਕ ਬੇਟਾ ਆਪਣੇ ਪਿਓ ਨੂੰ ਮਾਰ ਕੇ ਅਤੇ ਨਹਿਰ 'ਚ ਸੁੱਟਣ ਜਾ ਰਿਹਾ, ਅਤੇ ਪਿਓ 'ਚ ਸਾਹ ਹੈਗੇ ਸੀ, ਉਹ ਕਹਿੰਦਾ ਪੁੱਤਰ ਥੋੜ੍ਹਾ ਜਿਹਾ ਅੱਗੇ ਸੁੱਟੀ, ਉਹ ਕਹਿੰਦਾ ਕਿਉਂ? ਕਹਿੰਦਾ ਇੱਥੇ ਮੈਂ ਆਪਣੇ ਪਿਓ ਨੂੰ ਸੁੱਟਿਆ ਸੀ। ਜੀ ਸਾਹ ਜੀ, ਅਤੇ ਮੈਂ ਇਹੀ ਕਹਿਣਾ ਚਾਹ ਰਿਹਾ ਇਹ ਵਾ ਕਿ ਤੁਸੀਂ ਆਪਣੀ ਔਲਾਦ ਲਈ ਅੱਛਾ ਕੀਤਾ, ਆਪਣੇ ਵਾਲਦ ਲਈ ਕੀਤਾ ਅੱਛਾ, ਅਤੇ ਇਨਸ਼ਾਅੱਲਾ ਤੁਹਾਡੀ ਔਲਾਦ ਵੀ ਤੁਹਾਡੀ ਅੱਛਾ ਹੀ ਕਰੇਗੀ। ਅੱਛਾ ਜੀ, ਹੁਣ ਤਾਂ ਮਾਸ਼ਾਅੱਲਾ ਸ਼ਾਦੀ ਹੋ ਗਈ, ਬੱਚੇ ਹੋ ਗਏ ਨੇ, ਅਤੇ ਇਸ ਤੋਂ ਪਹਿਲੇ ਤੁਹਾਨੂੰ ਇਸ਼ਕ ਬਹੁਤ ਹੋਏ ਨੇ, ਮੈਂ ਹੁਣ ਝੂਠ ਨਾ ਬੋਲੀ, ਮੈਂ ਸਿਰ 'ਤੇ ਬੈਠਾ। ਸਾਹ ਜੀ ਇਸ਼ਕ ਹੋਏ ਨੇ ਬੜੇ ਨੇ, ਮਸਾਂ ਹੁੰਦਾ ਨੇ ਜਵਾਨੀ 'ਚ, ਗਲਤੀਆਂ ਹੋ ਜਾਂਦੀਆਂ ਨੇ, ਲੇਕਿਨ ਜੋੜੇ ਕਹਿੰਦੇ ਨਾ ਅਸਮਾਨਾਂ 'ਤੇ ਬਣਦੇ, ਅਸੀਂ ਦਰਜੀ ਕੋ ਬਣਾਉਂਦੇ ਰਹੇ ਜਾਂ ਕਬਰਸਤਾਨ ਬਣਾਉਂਦੇ ਰਹੇ, ਪਿੱਛੇ ਵੇਂਗੇ 'ਚ ਬਹਿ ਕੇ ਬਣਾਉਂਦੇ, ਅਤੇ ਲੇਕਿਨ ਸਾਡੇ ਅਸੀਂ ਦੋਵੇਂ ਉਸਤਾਦ ਸ਼ਾਗਿਰਦ, ਇੱਕ ਹੋਰ ਵੀ ਗੱਲ ਮੈਂ ਦੱਸਣਾ ਚਾਹ ਰਿਹਾ ਕਿ ਅਸੀਂ ਅੱਜ ਤੀਕਰ ਦੋਵਾਂ ਉਸਤਾਦ ਸ਼ਾਗਿਰਦਾਂ ਨੇ ਤਾਂ ਕੋਈ ਨਸ਼ਾ ਵੀ ਨਹੀਂ ਕੀਤਾ ਜੀ, ਇਹ ਨਾ ਕੋਈ ਇਹ ਮੇਰੀ ਸ਼ਰਤ ਸੀ, ਅਤੇ ਇਸ਼ਕ ਹੁੰਦੇ ਰਹਿੰਦੇ ਨੇ ਬਸ ਜੀ, ਉਹ ਜਿਹਦੇ ਜਿਹਦੇ ਨਸੀਬ ਦਾ ਜੋ ਹਿੱਸਾ ਹੁੰਦਾ ਉਹਨੂੰ ਮਿਲ ਜਾਂਦਾ ਸਾਹ ਜੀ। ਹਾਂ, ਲੇਕਿਨ ਜਦੋਂ ਫਿਰ ਸ਼ਾਦੀ ਹੋ ਜਾਂਦੀ ਫਿਰ ਬੰਦਾ ਬੱਚਿਆਂ 'ਚ ਬਿਜ਼ੀ ਹੋ ਜਾਂਦਾ, ਫਿਰ ਇਸ਼ਕ ਕਰਦਾ, ਫਿਰ ਇਹਨਾਂ ਨਾਲ ਇਸ਼ਕ ਹੁੰਦਾ ਹੈ ਕਰਨਾ। ਵਿਆਹ ਹੋਇਆ ਨਾ ਪਹਿਲੀ ਰਾਤ ਹੀ ਮੈਂ ਆਪਣੀ ਬੀਵੀ ਨੂੰ ਆਪਣੇ ਸਾਰੇ ਇਸ਼ਕ ਦੱਸੇ ਸਰ,
ਇਸ਼ਕ ਦੱਸਣ ਤੋਂ ਬਾਦ ਮੈਂ ਮਸਲ ਕੇ ਦੱਸਿਆ, ਮੈਂ ਕਿਹਾ ਤੇ ਬਾਅਦ ਚੋਂ ਵੀ ਤੈਨੂੰ ਪਤਾ ਹੀ ਲੱਗਣਾ, ਬਾਅਦ ਚੋਂ ਜੋ ਮੈਨੂੰ ਮਸਲ ਫਲੈਂਗ ਕਿੱਕਾਂ ਪੈਂਦੀਆਂ ਹੋਣਾ ਵੀ, ਮਸਲ ਬਰਤਨ ਪੈਂਦੇ ਹੋਣ ਚਿਮਟੇ ਤੇ ਪੈਂਦੇ ਹੋਣਾ ਵੀ, ਕਹਿਣ ਕਿ ਕੱਪੜੇ ਧੋ ਕੇ ਤੇ ਫਿਰ ਸੌਣਾ ਹੈ, ਲੇਕਿਨ ਸੌਂਦੇ ਹਜੇ ਵੀ ਹੁਣ ਵੀ ਅਸੀਂ ਆ, ਲੇਕਿਨ ਉਹ ਸਾਰਾ ਸੀ ਹੋ ਜਾਂਦਾ ਵਾ ਜਿਸ ਘਰ 'ਚ ਮਤਲਬ ਭਾਂਡੇ ਹੋਣ ਉਹ ਖੜਕਦੇ ਹੀ ਨੇ ਫਿਰ। ਲੇਕਿਨ ਉਹ ਇਸ਼ਕ ਵੀ ਤੁਹਾਡੇ ਸਾਹਮਣੇ ਸੀ ਕਿ ਮੈਂ ਜਿਹੜਾ ਮੇਰਾ ਇਸ਼ਕ ਵੀ ਚੱਲੇ ਨੇ ਇੱਕ ਦੋ ਜਿਹੜੇ ਨੇ ਉਹ ਅਸੀਂ, ਮੈਂ ਮਤਲਬ ਕਿ ਅਸੀਂ ਸ਼ਾਦੀ ਕਰਨਾ ਚਾਹੁੰਦੇ ਸਾਂ, ਜਾਂ ਉਹਦੇ 'ਚ ਕੋਈ ਗਲਤ ਨੀਅਤ ਨਹੀਂ ਸੀ, ਕੋਈ ਐਸੀ ਗੱਲ ਨਹੀਂ ਸੀ, ਕੋਈ ਬਾਤ ਨਹੀਂ, ਪਿਆਰ ਮੁਹੱਬਤ ਸਭ ਨੂੰ ਹੁੰਦਾ ਹੋ ਜਾਂਦਾ, ਲੇਕਿਨ ਹੁੰਦਾ ਹੋਈ ਆ ਜੋ ਮਨਜ਼ੂਰ ਖੁਦਾ ਹੁੰਦਾ। ਉਹ ਇਸ ਤਰ੍ਹਾਂ ਹੀ ਕਹਿੰਦੀਆਂ ਨਾ ਕੋਈ ਨਹੀਂ ਜੀ ਮੈਂ ਅਜੇ ਆਪਣੇ ਘਰ ਵਾਲਿਆਂ ਵਾਸਤੇ ਕੁਛ ਕਰਨਾ ਚਾਹੁੰਦੀ ਹਾਂ, ਅਤੇ ਮੈਂ ਕਿਹਾ ਮੈਂ ਜਿਹੜਾ ਤੇਰੇ ਲਈ ਕੁਛ ਕਰ ਰਿਹਾ ਇਹਦਾ ਕੀ ਕਰਨਾ। ਜੀ ਹੁਣ ਮਾਸ਼ਾਅੱਲਾ ਦੇਖੋ ਨਾ ਉਸਤਾਦ ਸ਼ਾਗਿਰਦਾਂ ਦੀਆਂ ਇਸਤਰੀਆਂ ਨੇ ਬੜੀਆਂ ਬੜੀਆਂ ਕਿਹਾ, ਚਲੋ ਉਹ ਵੀ ਖੁਸ਼ ਰਹਿਣ ਆਪਣੇ ਘਰਾਂ 'ਚ। ਅੱਛਾ ਕੈਸੇ ਸਭ ਤੁਸੀਂ ਦੋ ਚਾਰ ਜਮਾਤਾਂ ਪੜ੍ਹੇ ਵੀ ਹੋ ਜਾਂ ਇਸ਼ਕ ਦੀਆਂ ਕਲਾਸਾਂ ਲੈਂਦੇ ਲੈ ਹੋ? ਸਰ ਉਹ ਮਸਲ ਉੱਥੋਂ ਹੀ ਲਈਆਂ ਨਾ ਜਮਾਤਾਂ ਕਦੀ, ਮੈਂ ਅੱਜ ਤਾਂ ਅੰਦਾਜ਼ਾ ਕਿ ਐਡਾ ਨਲਾਇਕ ਸਟੂਡੈਂਟ ਸੀ ਮੈਂ ਕਿ ਪੂਰੀਆਂ ਕਿਤਾਬਾਂ ਆਪਣੀ ਹਿਸਟਰੀ 'ਚ ਕਦੀ ਨਹੀਂ ਲੈ ਕੇ ਗਿਆ, ਠੀਕ ਹੈ ਨਾ। ਔਰ ਤੁਹਾਡਾ ਵਾਹਦ ਜਵਾਨ ਤੁਹਾਡਾ ਕੈਸੇ ਰੁਪਈਆ ਮਾਸ਼ਾਅੱਲਾ ਮੈਟ੍ਰਿਕ 'ਚ ਫੁੱਲ ਫੇਲ ਹੋਇਆ ਸੀ, ਇੱਕ ਸਬਜੈਕਟ ਵੀ ਐਸਾ ਨਹੀਂ ਸੀ ਜਿਹਦੇ 'ਚ ਮੈਂ ਪਾਸ ਹੋਇਆ ਵਾਂ, ਇਹ ਮੈਂ ਸੱਚੀ ਮੁੱਝੀ ਕਹਿ ਰਿਹਾ। ਮੇਰੇ ਜ਼ਫਰ ਸਾਹਿਬ ਲਾਮਕਬਾਲ ਹਾਈ ਸਕੂਲ ਸੀ ਜ਼ਫਰ ਸਾਹਿਬ, ਅਤੇ ਉਹ ਮੈਂ ਸੀ ਜ਼ਰਾ ਤੇਜ਼ ਸੀ, ਲੇਕਿਨ ਇਹ ਵਾ ਕਿ ਮੈਂ, ਕੋਈ ਨਹੀਂ, ਤੁਸੀਂ ਇਸ ਫਨ 'ਚ ਕਾਮਯਾਬ ਹੋ ਗਏ, ਅੱਲਾ ਨੇ ਜਿਹੜੀ ਤੁਹਾਨੂੰ ਸਲਾਹੀਅਤ ਦਿੱਤੀ ਸੀ ਕਿ ਤੁਸੀਂ ਡਰਾਮੇ ਦੇ ਵਿੱਚ ਜਿਹੜਾ ਵੀ ਕਿਰਦਾਰ ਮਿਲਿਆ ਤੁਸੀਂ ਬਾਖੂਬ ਨਿਭਾਇਆ ਉਹਨੂੰ। ਲੇਕਿਨ ਇੱਕ ਮੈਂ ਤੁਹਾਨੂੰ ਦਾਅ ਦੇਣਾ ਵਾਂ ਉਸਤਾਦ ਹੋਣ ਦੇ ਨਾਤੇ 'ਤੇ ਕਿ ਯਾਰ ਤੂੰ ਕਰਾਚੀ ਆਪਾਂ ਇੱਕ ਸ਼ੋਅ ਕੀਤਾ ਸੀ, ਉਹਦੇ ਵਿੱਚ ਤੂੰ ਕਰਾਚੀ ਕਦੀ ਗਿਆ ਵੀ ਨਹੀਂ, ਅਤੇ ਤੂੰ ਇੰਨੇ ਨਾਂ ਯਾਦ ਕਰ ਲਏ ਸਟਾਪਾਂ ਦੇ, ਇੱਕ ਸਾਹ ਦੇ ਵਿੱਚ ਤੂੰ ਪਰਫੋਰਮ ਕੀਤਾ ਸੀ, ਉਹਦੇ 'ਚ ਤੁਹਾਨੂੰ ਅਵਾਰਡ ਵੀ ਮਿਲੇ, ਦੋ ਤਿੰਨ ਅਵਾਰਡ ਮਿਲੇ ਸਨ, ਅਤੇ ਫਿਰ ਉਹ ਤੂੰ ਡਰਾਮੇ 'ਚ ਵੀ ਆਈਟਮ ਕੀਤੀ ਫਿਲਮਾਂ ਦੀ, ਫਲਾਣੀ ਫਿਲਮ ਦੀ ਫਲਾਣੀ ਜੀ ਚਾਚਾ ਅਤੇ ਜੀ, ਉਹ ਕੋਈ ਯਾਦ ਹੈ ਜੇ? ਉਹ ਤਾਂ 8-9 ਸਾਲ ਹੋ ਗਏ ਨੇ, ਲੇਕਿਨ ਸ਼ਾਇਦ ਥੋੜ੍ਹੀ ਯਾਦ। ਅੱਛਾ ਉਹ ਵੀ ਇੱਕ ਯਾਦ, ਵੀ ਤੇਰਾ ਨਾਂ ਕੀ ਉਹ ਜਿਹੜਾ, ਹਾਂ ਉਹ ਆਈਟਮ ਯਾਦ ਕਰਨ ਦਾ ਇੱਕ ਨਾ ਮਕਸਦ ਸੀ, ਮੈਂ ਜਨੂਨੀ ਸੀ। ਅਸੀਂ ਜਦੋਂ ਇੰਟਰੋ ਕਰਨਗੇ ਨਾ ਸਾਰੇ, ਅਤੇ ਸ਼ਕੀਲ ਸਦੀਕੀ ਸਾਹਿਬ ਉਹ ਸਾਰੇ ਨੂੰ, ਅਤੇ ਉਹ ਬਣੇ ਸੀ ਜੱਜ ਸੀ ਰਾਓ ਫਲਾਰ ਸੋਲਜਰ ਸਾਹਿਬ, ਮੈਂ ਨਾ ਥੋੜ੍ਹਾ ਜਿਹਾ ਜ਼ੋਰ ਲਾਇਆ ਲਿਆ ਕੇ ਸੋਲਜਰ ਸਾਹਿਬ ਵਾਲਾ ਜਨਤਾ ਹੀ ਕਰ ਕਰੇ, ਅਤੇ ਉਹ ਸਾਹ ਜੀ ਮੈਂ ਉਹ ਵਾਕਿਆ ਤੁਹਾਨੂੰ ਸੁਣਾਉਣਾ ਕਿ ਅਸੀਂ ਜਦੋਂ ਸ਼ੋਅ ਕਰਨਗੇ ਅਤੇ ਅਸੀਂ ਇੰਟਰੋ ਕੀਤਾ ਨਾ, ਅਤੇ ਮੈਂ ਪੁਲਿਸ ਵਾਲਾ ਬਣਿਆ, ਅਤੇ ਮੈਂ ਉੱਚੀ ਉੱਚੀ ਬੋਲ ਰਿਹਾ, ਅਤੇ ਉਹ ਸ਼ਕੀਲ ਸਦੀਕੀ ਸਾਹਿਬ ਰਾਓ ਫਲਾਲਾ ਲਿਆ ਕੇ ਸੋਲਜਰ ਸਾਹਿਬ ਵਾਲਾ ਜਨਤਾ ਕਰ, ਸਿਕੰਦਰ ਸਨਮ ਸਾਹਿਬ ਜੱਜ ਅਤੇ ਨਸੀਮ ਵਿੱਕੀ ਸਾਹਿਬ ਸਰ, ਤੋ ਮੁਝੇ ਉਰਦੂ ਮੈਂ ਜਨਾਬ ਕਹਿੰਦੇ ਹਾਂ ਕਿ ਕਿਆ ਸਰ ਯੇ ਤੇਰੇ ਬਸ ਕਾ ਕਾਮ ਨਹੀਂ ਹੈ, ਟੈਲੀਵਿਜ਼ਨ ਵੋਹੀ ਸੈੱਟ ਪੇ ਤੂੰ ਹੈ ਆਹੂ ਕਰ ਲੇ ਬਸ, ਯੇ ਤੇਰੇ ਬਸ ਕਾ ਕਾਮ ਨਹੀਂ। ਉਸ ਤੋਂ ਬਾਅਦ ਨਾ ਇੱਕ ਮਹੀਨੇ ਦਾ ਗਾਇਬ ਸੀ ਉਸਤਾਦ ਜੀ, ਮੈਂ ਉਸਤਾਦ ਜੀ ਤੁਹਾਨੂੰ ਪਤਾ ਆਪਣੇ ਸ਼ਗਿਰਦ ਦਾ, ਮੈਂ ਉਹ ਆਈਟਮਾਂ ਵੀ ਉਹ ਬੰਦਿਆਂ ਨੂੰ ਘਰਾਂ 'ਚੋਂ ਕੱਢਿਆ, ਮਸਲ ਜਿਹਨਾਂ ਜਿਹਨਾਂ ਦੀਆਂ ਆਈਟਮਾਂ ਸਨ ਉਹਨਾਂ ਨੂੰ ਮੈਂ ਵਿੱਚ ਕੋਈ ਨਜ਼ਰ ਵੀ ਦਿੱਤੀ, ਆਈਟਮਾਂ ਵੀ ਲਿਖਾਈਆਂ, ਫਿਰ ਇੱਕ ਆਈਟਮ ਮੈਂ ਯਾਦ ਕੀਤੀ ਸੀ, ਥੋੜ੍ਹੀ ਜਿਹੀ ਯਾਦ ਹੈ ਅਤੇ ਉਹ ਮੈਂ ਤੁਹਾਨੂੰ ਸੁਣਾ ਵੀ ਦੇਣਾ, ਮੈਂ 8 ਸਾਲ ਬਾਅਦ ਮੈਂ ਤੁਹਾਨੂੰ ਸੁਣਾ ਲੱਗਾ। ਅਤੇ ਉਹ ਇੰਝ ਆ ਕਿ ਫਿਲਮ ਡਾਇਰੈਕਟਰ ਸੀ ਇੱਕ, ਅਤੇ ਉਹ ਫੈਸਲਾਬਾਦ ਦੇ ਸਾਡੇ ਮਹਿਮੂਦ ਸਾਹਿਬ, ਉਹਨਾਂ ਦੀ ਆਈਟਮ ਹੈਗੀ ਹੈ ਕਿ ਫਿਲਮ ਡਾਇਰੈਕਟਰ ਸਨ, ਅਤੇ ਉਹ ਜਿੱਥੇ ਵੀ ਜਾਂਦੇ ਨੇ ਫਿਲਮੀ ਅੰਦਾਜ਼ ਨਾਲ ਗੱਲ ਕਰਦੇ ਸਨ, ਅਤੇ ਆਪਣੇ ਦੋਸਤ ਨੂੰ ਮਿਲਣ ਗਏ ਨੇ ਅਤੇ ਉਹਨਾਂ ਨੇ ਦਰਵਾਜ਼ਾ ਖੜਕਾਇਆ, ਅਤੇ ਉਹਨਾਂ ਦੀ ਬੀਵੀ ਨੇ ਪੁੱਛਿਆ, ਅਤੇ ਜੋ ਪੁੱਛਿਆ ਉਹਨਾਂ ਨੇ ਫਿਲਮ ਦੇ ਨਾਮ ਦੇ ਨਾਲ ਨਾਮ ਦਿੱਤਾ, ਉਹਨਾਂ ਨੇ ਦਰਵਾਜ਼ਾ ਖੜਕਾਇਆ, ਟੱਕ ਟੱਕ ਟੱਕ, ਵੇ ਕੌਣ ਹੈ? ਕਹਿੰਦਾ ਬੰਦੇ ਦਾ ਪੁੱਤਰ। ਵੀ ਤੇਰਾ ਨਾਂ ਕੀ? ਇਸ਼ਕ ਮੇਰਾ ਨਾਮ। ਵੀ ਤੇਰੇ ਪਿਓ ਦਾ ਨਾਂ ਹੱਡ ਨਾਮ। ਵੀ ਤੇਰੇ ਤਾਏ ਦਾ ਨਾਂ ਨਮਕ ਨਾਮ। ਵੀ ਤੇਰੇ ਚਾਚੇ ਦਾ ਨਾਂ ਬੇਈਮਾਨ। ਵੀ ਤੇਰੇ ਦਾਦੇ ਦਾ ਨਾਂ ਵੈਸ਼ੀ ਜੱਟ। ਵੀ ਤੇਰਾ ਸਹੁਰਾ ਕੌਣ? ਪਿੰਡ ਦਾ ਚੋਰੀ। ਵੀ ਤੇਰੇ ਜਵਾਈ ਕੌਣ? ਠੱਗਾਂ ਦੇ ਠੱਗ। ਵੀ ਤੇਰੇ ਸਾਹਮਣ ਕੀ? ਅੱਗ ਦਾ ਦਰਿਆ। ਵੀ ਤੇਰੇ ਪਿੱਛੇ ਕੀ? ਕਾਲਾ ਪਾਣੀ। ਮੇਰੇ ਉੱਤੇ ਕੀ? ਚੜ੍ਹਦਾ ਸੂਰਜ। ਵੀ ਤੇਰੇ ਥੱਲੇ ਕੀ? ਇਸ਼ਕ ਸਮੁੰਦਰ। ਵੀ ਤੂੰ ਲੈਣ ਕੀ ਹੈ ਸ਼ਗਨਾਂ ਦੀ ਮਹਿੰਦੀ? ਵੀ ਤੂੰ ਦੇਣਾ ਕੀ ਉਹ ਦਿਲ ਦੇ ਸੌਦੇ? ਵੀ ਬਾਹਰ ਕੀ ਹੋ ਰਿਹਾ ਲਾਠੀ ਚਾਰਜ? ਵੀ ਤੈਨੂੰ ਫਿਲਮਾਂ ਕਿਹੜੀਆਂ ਪਸੰਦ ਨੇ? ਅੱਛਾ ਜੀ ਕੈਸੇ ਰੁਪਈਆ ਸਾਹਿਬ, ਤੁਸੀਂ ਮਜ਼ਾਕ ਰਾਜ 'ਚ ਸ਼ੇਰ ਬੜੇ ਅੱਛੇ ਕਹਿੰਦੇ ਹੋ, ਉਹ ਤੁਹਾਨੂੰ ਕੋਈ ਲਿਖ ਕੇ ਦਿੰਦਾ ਜਾਂ ਮਤਲਬ ਤੁਸੀਂ ਆਪ ਹੀ? ਨਹੀਂ ਸਰ, ਉਹ ਆਪ ਹੀ ਉਹ ਨਾ, ਮੈਂ ਸੀਰੀਅਸ ਸ਼ੇਰ ਪੜ੍ਹਦਾ ਨਾ ਸਰ ਜੀ, ਉਹਦੇ 'ਚ ਉਹਨਾਂ ਮੈਂ ਕੋਈ ਨਾ ਕੋਈ ਚੀਜ਼ ਫਿਰ ਸੀਰੀਅਸ, ਉਹਦੇ 'ਚ ਤੁਸੀਂ ਪੰਚ ਬਣਾ ਲੈਂਦੇ ਹੋ, ਉਹਦੇ 'ਚ ਮੈਂ ਪੰਚ, ਫਿਰ ਜਿਸ ਤਰ੍ਹਾਂ ਦਾ ਕੋਈ ਮਹਿਮਾਨ ਆਉਂਦਾ ਨਾ ਅਤੇ ਉਸ ਤਰ੍ਹਾਂ ਦਾ, ਖਾਸ ਕਰ ਜਿਸ ਤਰ੍ਹਾਂ ਕੁੜੀਆਂ ਕੋਈ ਆਉਂਦੀਆਂ ਨੇ ਉਹਨਾਂ ਨੂੰ ਐਵੇਂ ਸ਼ੇਰ 'ਚ ਪੰਚ 'ਚ ਕੇਕ, ਅਤੇ ਕੋਈ ਇਨਾਇਤ ਕਰਦੇ ਹੋ ਸ਼ੇਰ ਤੁਸੀਂ? ਜੀ ਸ਼ੇਰ ਸੁਣਾ ਦਿੰਦਾ ਜੀ, ਸਮਝੋ ਕਿ ਸਾਹਮਣੇ ਰਾਣਾ ਸਾਹਿਬ ਬੈਠੇ ਨੇ ਡਾਇਰੈਕਟਰ ਸਾਡੇ, ਇਹ ਕੁੜੀ ਸਮਝੋ ਇਹਨਾਂ ਨੂੰ ਤੁਸੀਂ, ਜੋ ਕਿਸੀ ਨੇ ਨਹੀਂ ਕੀਆ ਵੋ ਕਰਕੇ ਦਿਖਾ ਦੂੰਗਾ, ਤੇਰੀ ਮੁਹੱਬਤ ਮੈਂ ਐਸਾ ਕਰਜ਼ ਚੁਕਾ ਦੂੰਗਾ, ਸ਼ਾਹਜਹਾਂ ਨੇ ਤੋ ਮੁਹੱਬਤ ਮੈਂ ਤਾਜ ਮਹਿਲ ਬਣਾਇਆ ਥਾ, ਮੈਂ ਗਰੀਬ ਆਦਮੀ ਹੂੰ ਕਬਰ ਪੱਕੀ ਕਰਵਾ ਦੂੰਗਾ। ਬੜੀ ਜ਼ਿੰਮੇਵਾਰੀ ਚੁੱਕੀ ਜੀ ਤੁਸੀਂ, ਇਹ ਨਾ ਫਿਰ ਉਹ ਸਾਰਾ ਸਿਸਟਮ ਹੁੰਦਾ ਨਾ, ਉਹ ਕਹਿੰਦਾ ਨਾ, ਉਹ ਮੇਰੇ ਕਮਰੇ ਮੈਂ ਆਈ ਉਸਕੀ ਆਂਖੋਂ ਮੈਂ ਆਸੂ ਚਿਹਰੇ ਮੈਂ ਬੇਬਸੀ ਥੀ, ਉਸਨੇ ਬਾਅਦ ਮੈਂ ਬਤਾਇਆ ਉਸਕੀ ਉਂਗਲੀ ਦਰਵਾਜ਼ੇ ਮੈਂ ਫਸੀ ਥੀ। ਅੱਛਾ ਕੈਸੇ ਰੁਪਈਆ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ, ਇਹ ਤੁਹਾਨੂੰ ਉਸਤਾਦ ਕਹਿ ਰਿਹਾ ਕਿ ਤੁਸੀਂ ਆਪ ਨਹੀਂ, ਵਾਕਈ ਇਸ ਵਕਤ ਤੁਹਾਡਾ ਟਾਈਮ ਹੈ ਬੜਾ ਕੀਮਤੀ ਟਾਈਮ ਹੈ, ਅਤੇ ਮਾਸ਼ਾਅੱਲਾ ਅੱਲਾ ਕਰੇ ਸਾਰੀ ਜ਼ਿੰਦਗੀ ਇਸ ਤਰ੍ਹਾਂ ਹੀ ਤੁਸੀਂ ਰਹੋ, ਤੁਹਾਡਾ ਫਨ ਇਸ ਤਰ੍ਹਾਂ ਹੀ ਲੋਕ ਸੁਣਦੇ ਰਹਿਣ,
ਸਬਸਕ੍ਰਾਈਬਰ ਜਿਹੜੇ ਅਲਬੇਲਾ ਟੀ ਵੀ ਦੇਖਣ ਵਾਲੇ ਉਹਨਾਂ ਬਾਰੇ ਕੁਛ ਕਹੋਗੇ? ਸਰ ਮੈਂ ਸ਼ੁਕਰੀਆ ਅਦਾ ਕਰਾਂਗਾ ਔਰ ਖਾਸ ਕਰ ਅਲਬੇਲਾ ਟੀ ਵੀ ਜਿਹੜਾ ਨਾ ਅਲਬੇਲਾ ਟੈਲੀਵਿਜ਼ਨ ਟੀ ਵੀ ਜਿਹੜਾ ਸਾਡਾ ਯੂਟਿਊਬ ਦਾ ਚੈਨਲ ਹੈ ਇਹਦੇ ਸਬਸਕ੍ਰਾਈਬਰ ਇੰਝ ਵਧੇ ਨੇ ਜਿਸ ਤਰ੍ਹਾਂ ਮਸਲ ਕਿ ਘਰ ਦੇ ਵਿੱਚ ਬੱਚੇ ਨਹੀਂ ਵੱਧਦੇ, ਇੰਝ ਮਾਸ਼ਾਅੱਲਾ ਵਧੇ ਨੇ। ਜਿਸ ਮੇਰਾ ਵੀ ਇੱਕ ਚੈਨਲ ਹੈਗਾ ਹੈ ਉਹਦੇ ਵੀ ਸਬਸਕ੍ਰਾਈਬਰ ਹੈ, ਲੇਕਿਨ ਮੇਰੇ ਕੋਲ ਇੰਨਾ ਟਾਈਮ ਨਹੀਂ ਵੀ ਦਿੱਤਾ ਜਾ ਰਿਹਾ। ਬੜੀ ਗੱਲ ਹੈ, ਤੁਸੀਂ ਪਹਿਲੇ ਤਾਂ ਇੰਨੀ ਮੁਹੱਬਤ ਆਡੀਅੰਸ ਨਾਲ ਕਰਦੇ ਜੇ ਤੁਸੀਂ ਅਤੇ ਰਾਣਾ ਸਾਹਿਬ ਕਿ ਇੰਨਾ ਟਾਈਮ ਦੇ ਰਹੇ ਜੇ, ਅਤੇ ਇੱਕ ਫੈਮਿਲੀ ਸ਼ੋਅ ਹੁੰਦਾ ਹੈ ਇਹ, ਮਸਲ ਕਿ ਬੜਾ ਮਜ਼ਾ ਆਉਂਦਾ। ਮੈਂ ਤੁਹਾਡਾ ਕੋਈ ਸ਼ੋਅ ਜਿਹੜਾ ਮਿਸ ਨਹੀਂ ਕੀਤਾ, ਅਤੇ ਇਹ ਆਪਣਾ ਵੀ ਵਾਰ ਵਾਰ ਜ਼ਰੂਰ ਵੇਖਾਂਗਾ, ਕਿਉਂਕਿ ਅਲਬੇਲਾ ਟੀ ਵੀ ਦਾ ਇੱਕ ਆਪਣਾ ਮੁਕਾਮ ਹੈ, ਆਪਣਾ ਨਾਮ ਹੈ, ਔਰ ਪੂਰੀ ਦੁਨੀਆ ਦੇ ਵਿੱਚ ਲੋਕ ਇਹ ਅਲਬੇਲਾ ਟੈਲੀਵਿਜ਼ਨ ਨੂੰ ਪਸੰਦ ਕਰ ਰਹੇ ਨੇ। ਅਤੇ ਮੇਰੀ ਵੀ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਹੈ ਕਿ ਇਹਨੂੰ ਸਬਸਕ੍ਰਾਈਬ ਕਰੋ ਜ਼ਿਆਦਾ ਤੋਂ ਜ਼ਿਆਦਾ, ਮਿਲੀਅਨ 'ਤੇ ਸਬਸਕ੍ਰਾਈਬਰ ਜਾਣੇ ਚਾਹੀਦੇ ਨੇ ਇੱਕ ਮਹੀਨੇ ਦੇ ਵਿੱਚ, ਮੇਰੀ ਰਿਕੁਐਸਟ ਹੈ। ਔਰ ਸਭ ਤੋਂ ਜ਼ਿਆਦਾ ਮੈਂ ਤੁਹਾਨੂੰ ਮੁਬਾਰਕਬਾਦ ਦੇਵਾਂਗਾ ਜਿਹੜਾ ਤੁਸੀਂ ਪੂਰੀ ਦੁਨੀਆ 'ਚ ਗਏ ਜੇ, ਯੂਰਪ ਗਏ ਜੇ, ਇੰਗਲੈਂਡ ਗਏ ਜੇ, ਤੁਸੀਂ ਹੁਣ ਤੁਸੀਂ ਅਮੈਰੀਕਾ ਕੈਨੇਡਾ ਵੀ ਜਾ ਰਹੇ ਜੇ ਸਿਰਫ ਅਲਬੇਲਾ ਟੈਲੀਵਿਜ਼ਨ ਵਾਸਤੇ, ਆਪਣੇ ਸਬਸਕ੍ਰਾਈਬਰ ਨੂੰ ਮਿਲਣ ਵਾਸਤੇ ਜਿਨ੍ਹਾਂ ਨੇ ਤੁਹਾਨੂੰ ਲਾਇਕ ਕੀਤਾ, ਜਿਹੜੇ ਤੁਹਾਨੂੰ ਪਿਆਰ ਕਰ ਰਹੇ ਨੇ, ਅਤੇ ਇਹ ਕੋਈ ਵੀ ਨਹੀਂ ਕਰਦਾ। ਅਤੇ ਡਾਕੂਮੈਂਟਰੀਆਂ ਜਿਹੜੀਆਂ ਤੁਸੀਂ ਬਣਾਈਆਂ ਨੇ, ਮੈਂ ਰਾਣਾ ਸ਼ਫਕਤ ਸਾਹਿਬ ਉਹਨਾਂ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਕਿ ਉਹ ਪੈਰਿਸ ਦੇ ਵਿੱਚ, ਸਪੇਨ ਦੇ ਵਿੱਚ ਰਹਿ ਕੇ ਵੀ ਅਤੇ ਉਹ ਇੰਨੀ ਜ਼ਿਆਦਾ ਮਿਹਨਤ ਕਰ ਰਹੇ ਨੇ। ਇਹ ਜੋੜੀ ਸਦਾ ਸਲਾਮਤ ਰਹੇ, ਅਲਬੇਲਾ ਟੀ ਵੀ ਸਦਾ ਆਬਾਦ ਰਹੇ, ਸ਼ਾਦ ਰਹੇ। ਅਲਬੇਲਾ ਟੀ ਵੀ ਜ਼ਿੰਦਾਬਾਦ, ਪਾਕਿਸਤਾਨ ਪਾਇੰਦਾਬਾਦ। ਥੈਂਕ ਯੂ ਕੈਸਰ ਭਈਆ ਸਾਹਿਬ, ਸ਼ਾਬਾਸ਼ ਕੈਸਰ ਭਈਆ। ਅਤੇ ਕੈਸਰ ਭਈਆ ਦਾ ਵੀ ਚੈਨਲ ਹੈ, ਅਨਕਰੀਬ ਮੈਂ ਇਹਨਾਂ ਨੂੰ ਇੰਟਰਵਿਊ ਦਿਆਂਗਾ, ਉਹਦੇ 'ਚ ਤੁਸੀਂ ਮੇਰੀ ਦਾਸਤਾਨ ਵੀ ਸੁਣਨਾ ਕਿ ਮੈਂ ਕਿਸ ਤਰ੍ਹਾਂ ਫੀਲਡ 'ਚ ਆਇਆ ਵਾਂ। ਮੇਰਾ ਸ਼ਾਗਿਰਦ ਮੇਰਾ ਇੰਟਰਵਿਊ ਕਰੇਗਾ ਇਨਸ਼ਾਅੱਲਾ। ਇਹਨਾਂ ਦੇ ਚੈਨਲ ਦਾ ਨਾਂ ਹੈ ਪੀਆ ਰੰਗ ਰੰਗੀਲਾ, ਅਤੇ ਉਹ ਵੀ ਤੁਸੀਂ ਸਬਸਕ੍ਰਾਈਬ ਕਰੋ, ਉਹਦੇ 'ਚ ਵੀ ਬੜੀ ਬੜੀ ਮਾਲੂਮਾਤ, ਇੰਟਰਵਿਊ ਔਰ ਸ਼ੁਗਲ ਮੇਲਾ, ਔਰ ਤੁਹਾਨੂੰ ਇੰਟਰਟੇਨ ਕਰਨਗੇ। ਲਓ ਹੁਣ ਸਾਨੂੰ ਅਜਾ ਲਓ ਆ, ਕਿੱਧਰ ਆ ਗਏ ਰਾਣਾ ਸਾਹਿਬ? ਉਹ ਰਾਣਾ ਸਾਹਿਬ ਅੱਲਾ ਰਹਿਮ, ਬਿਸਮਿਲ੍ਲਾ। ਉਹ ਭਾਅ ਜੀ ਚਲਦੀ ਰਿਕਾਰਡਿੰਗ 'ਚ ਆ ਗਏ ਹੋ? ਕੋਈ ਗੱਲ ਨਹੀਂ, ਆਹੋ ਬਹਿ ਜਾਓ ਬਹਿ ਜਾਓ। ਮੇਰਾ ਭਤੀਜਾ ਜੀ ਜੀ, ਇਹ ਭਤੀਜਾ, ਹਾਂਜੀ ਬੜੀਆਂ। ਇਹ ਪਤਾ ਕੀ ਕਹਿ ਰਿਹਾ ਸੀ ਤੁਹਾਡੇ ਬਾਰੇ? ਦੱਸਾਂ ਹੁਣ ਮੈਂ? ਫਰਿਸ਼ਤੇ ਨੇ, ਫਰਿਸ਼ਤੇ ਮਾਸ਼ਾਅੱਲਾ, ਕਹਿੰਦਾ ਉਹ ਫਰਿਸ਼ਤਾ ਜਿਹਨੂੰ ਜੰਨਤ 'ਚੋਂ ਕੱਢ ਦਿੱਤਾ। ਮੈਂ ਤੁਹਾਡੇ ਬਾਰੇ, ਮੈਂ ਐਡੇ ਨੇਕ ਆਦਮੀ ਨੇ, ਜਦੋਂ ਪਹਿਲੀ ਵਾਰ ਜ਼ਿੰਦਗੀ 'ਚ ਮੈਂ ਜੁਮਾ ਪੜਿਆ, ਮੈਨੂੰ ਲੈ ਕੇ ਗਏ ਸਨ ਇਹ। ਨਹੀਂ ਚਾਚੂ ਜੀ, ਇਹ ਆਪ ਅੰਦਰ ਨਹੀਂ ਗਏ, ਮੈਨੂੰ ਇਹਨਾਂ ਨੇ ਅੰਦਰ ਭੇਜਤਾ ਸੀ ਕਿ ਮੈਂ ਮਸੀਤ ਘਰੇ ਲੈ ਗਏ ਨੇ, ਮਸੀਤ ਆਪ ਨਹੀਂ ਅੰਦਰ ਗਏ। ਯਾਰ ਮੈਂ ਧਿਆਨ ਪਿੱਛੇ ਕਿੰਨੇ ਰੱਖਣਾ ਸੀ, ਦਹਿਸ਼ਤਗਰਦੀਆਂ ਹੋ ਰਹੀਆਂ, ਪ੍ਰੋਬਲਮਸ, ਮੈਂ ਤੇ ਗਨ ਲੈ ਕੇ ਖਲੋਤਾ ਸੀ। ਨਹੀਂ ਗਨ ਲੈ ਕੇ ਨਹੀਂ, ਤੁਸੀਂ ਗੰਨਾਂ ਲੈ ਕੇ ਖਲੋਤੇ ਸੀ, ਸਾਰਾ ਚੂਪ ਗਏ ਜਦੋਂ ਤੁਸੀਂ ਕੈਸਰ। ਬਾਕੀ ਮੂੰਹ ਇੱਥੋਂ ਬਹੁਤ ਵੱਡਾ ਲੱਗ ਰਿਹਾ ਵੇ ਕਤਬੇ ਵੇਖੋ ਤੁਸੀਂ। ਇਹ ਜਦੋਂ ਸਭ ਤੋਂ ਪਹਿਲੀ ਵਾਰ ਜਿਹੜੀ ਪਹਿਲੇ ਪੈਂਦੀ ਸੀ ਸਿਰਫ ਲਾਨਤ, ਲੱਖ ਦੀ ਲਾਨਤ ਚਾਚਾ ਜੀ ਤਾਂ ਪਹਿਲੀ ਵਾਰ ਪਈ ਸੀ, ਯਕੀਨ ਕਰੋ। ਮਾਨਾ ਵੇਖੋ ਜੈਕਟ ਪਾਈ, ਨੀਲੀ ਬਾਰ ਦਾ ਖੋਤਾ ਲੱਗ ਰਿਹਾ ਐਡੀ ਮੋਟੀ ਜੈਕਟ, ਡਾਂਗਾ ਖਾਣੀ ਅੱਜ ਚਾਚਾ ਜੀ ਤੁਸੀਂ। ਸਮੁੰਦਰ ਪਾਰੋਂ ਮੈਂ ਤੁਹਾਡੇ ਲਈ ਆਇਆ ਵਾਂ ਕੈਸਰ ਜੀ, ਤੁਹਾਡਾ ਇੰਟਰਵਿਊ ਕਰਨ ਲਈ। ਸਮੁੰਦਰ ਵਿੱਚੋਂ ਲੰਘ ਕੇ ਆਏ? ਉਸਤਾਦ ਨੂੰ ਮੈਂ ਲੱਭਿਆ ਕਿ ਯਾਰ ਤੁਸੀਂ ਆਪਣੇ ਸ਼ਗਿਰਦ ਦਾ ਜਿਹੜਾ ਨਾ ਉਹ ਲਵੋ ਆਪਣਾ ਇੰਟਰਵਿਊ, ਕਿਉਂਕਿ ਤੁਸੀਂ ਇਸ ਟਾਈਮ ਪਾਪੂਲਰ ਹੋ ਸਾਡੇ ਨਾਲ, ਪਾਕਿਸਤਾਨ ਨਾਲੋਂ ਜ਼ਿਆਦਾ ਇੰਡੀਆ 'ਚ ਤੁਹਾਨੂੰ ਬੜਾ ਪਸੰਦ ਕੀਤਾ ਜਾਂਦਾ ਹੈ, ਪੂਰਾ ਪੰਜਾਬ ਤੁਹਾਨੂੰ ਵੇਖਦਾ ਕੈਸਰ ਭਈਆ ਜੀ। ਇਹ ਤੁਹਾਡੀ ਮੁਹੱਬਤ ਹੈ ਚਾਚਾ ਜੀ, ਯਕੀਨ ਕਰੋ। ਹੋ ਗਈ, ਕਿਉਂਕਿ ਇਹ ਤਾਂ ਤੁਹਾਡਾ ਹੁਣ ਕੰਮ ਹੈ, ਦੇਖੋ ਤੁਸੀਂ ਇਹਦੇ ਤੋਂ ਹਟ ਨਹੀਂ ਸਕਦੇ। ਕਹਿੰਦੇ ਪਿੰਡਾਂ 'ਚ ਬੱਠਲ ਨਹੀਂ ਹੁੰਦਾ ਜਿਹ 'ਚ ਸਾਬਣ ਬਣਾਉਂਦੇ, ਉਹਦੇ ਜਿਹੜਾ ਮੂੰਹ ਹੈ। ਓ ਯਾਰ ਇਜਾਜ਼ਤ ਲਓ ਚੱਲੀਏ, ਕੀ ਸਹੀ ਗੱਲ, ਖੋਤਾ ਬੜਾ ਯਕੀਨ ਕਰ ਮਿਹਨਤੀ ਹੁੰਦਾ। ਤੇ ਆਪਣੇ ਉਸਤਾਦ ਦਾ ਮੂੰਹ ਵੇਖੋ, ਹੈਲੀਕਾਪਟਰ 'ਚ ਬਿੱਲੀ ਸੁੱਟੀ ਹੁੰਦੀ, ਇਹੋ ਜਿਹੇ ਖੋਤੇ 'ਤੇ ਦੋ ਇੱਟਾਂ ਰੱਖੋ ਟੁਰ ਪੈਂਦਾ, ਬਾਕੀ ਤੇਰੇ ਪਿਓ ਨੇ ਚੁੱਕਣੀਆਂ। ਲਓ ਜੀ, ਹਮੇਸ਼ਾ ਹੱਸਦੇ ਖੇਡਦੇ ਰਹਿਣਾ, ਵੱਸਦੇ ਰਹਿਣਾ, ਅਤੇ ਇਨਸ਼ਾਅੱਲਾ ਅਗਲੀ ਵਾਰੀ ਫਿਰ ਮੁਲਾਕਾਤ ਹੋਏਗੀ। ਮੈਨੂੰ ਉਮੀਦ ਹੈ ਕਿ ਕੈਸਰ ਪੀਏ ਨੇ ਮੇਰੀ ਬਿਲਕੁਲ ਬੜੀ ਤਾਰੀਫ ਕੀਤੀ ਹੋਏਗੀ, ਬਹੁਤ ਓਬੀਡੀਐਂਟ ਹੈ ਭਤੀਜਾ ਮੇਰਾ, ਇਹਨਾਂ ਦੇ ਅੱਬੂ ਵੀ ਮੇਰੇ ਦੋਸਤ ਸਨ, ਔਰ ਮੈਨੂੰ ਪਤਾ ਕਿ ਇਹਨਾਂ ਨੇ ਬਹੁਤ ਅੱਛੇ ਕਲਮਾਤ ਮੇਰੇ ਲਈ ਕਹੇ ਇਨਸ਼ਾਅੱਲਾ। ਅਸਲ 'ਚ ਉਹਨਾਂ ਕੋਈ ਜਾ ਰਹੇ ਨੇ ਜੀ ਹੁਣ, ਆਹ ਜਾਣਾ ਹੀ ਹੈ ਇੱਕ ਦਿਨ, ਸਭ ਨੇ ਜਾਣਾ, ਤੈਨੂੰ ਛੱਡ ਕੇ ਆ ਜਾਣਾ। ਕਹਿਣਾ ਵਾ ਅਸੀਂ ਜਾਣਾ ਇਨਸ਼ਾਅੱਲਾ, ਤਾਂ ਦੱਸਣਾ ਜਾ ਕੇ ਵੀ ਕੈਸਰ ਭਾਈ ਤੁਹਾਨੂੰ ਬਹੁਤ ਯਾਦ ਕਰਦਾ। ਲਓ ਜੀ, ਥੈਂਕ ਯੂ ਸੋ ਮੱਚ। ਲਓ ਜੀ, ਰੱਬ ਰੱਖਾ, ਹਮੇਸ਼ਾ ਅਸੀਂ ਰਾਣਾ ਸਾਹਿਬ ਦੇ ਮੂੰਹ ਦੇ ਸਾਏ ਥੱਲੇ ਰਵਾਂਗੇ। ਅੱਛਾ ਜੀ, ਲਓ ਜੀ, ਮੈਂ ਤੁਹਾਡੇ ਲਈ ਗਿਫਟ ਇੱਕ ਲੈ ਕੇ ਆਇਆ, ਇਹ ਕੱਪ ਹੈ ਜੀ, ਇਹ 'ਚ ਚਾਹ ਪਾ ਦਈਏ ਜੀ, ਨਹੀਂ ਚਾਹ ਪਾ ਦਿਓ, ਭਾਵੇਂ ਟੀਪੇ ਪਾ ਦਿਓ। ਉਹ ਰੋਟੀ ਅੱਲਾ ਦੀ ਸਾਥ ਦਿੰਦੀ, ਸਾਲ ਨੂੰ ਕੈਸਰ ਰੁਪਈਆ ਹੀ ਦੇਗਾ। ਜਦੋਂ ਤੁਸੀਂ ਚਾਹ ਪੀਓਗੇ, ਤੁਹਾਡੀ ਟੇਬਲ ਤੇ ਪਿਆ ਅਲਬੇਲਾ ਟੀਵੀ ਯਾਦ ਆਏਗਾ, ਯਾਦ ਆਏਗਾ।
ਤੁਹਾਨੂੰ ਆਪਣਾ ਉਸਤਾਦ ਯਾਦ ਆਏਗਾ, ਤੁਹਾਨੂੰ ਆਪਣਾ ਚਾਚਾ ਯਾਦ ਆਏਗਾ, ਔਰ ਤੁਸੀਂ ਯਕੀਨਨ ਸਾਡੀ ਸਾਨੂੰ ਦੁਆਵਾਂ 'ਚ ਯਾਦ ਰੱਖਣਾ, ਔਰ ਸਾਡੇ ਜੋ ਤੁਸੀਂ ਸਬਸਕ੍ਰਾਈਬਰ ਵਾਸਤੇ ਜਿਹੜੀ ਗੱਲ ਕੀਤੀ ਹੈ ਕਿ ਇਹਨੂੰ ਸਬਸਕ੍ਰਾਈਬ ਕਰੋ, ਇਹਨੂੰ ਮਿਲੀਅਨ ਤੱਕ ਲਿਆਓ, ਉਹਦੇ ਲਈ ਮੈਂ ਥੈਂਕ ਯੂ ਅਦਾ ਕਰਨਾ। ਨਾਜ਼ਰੀਨ, ਕੈਸਰ ਪੀ ਹੈ ਇੱਕ ਜ਼ਿੰਦਾ ਦਿਲ ਬੱਚਾ ਹੈ, ਜ਼ਿੰਦਾ ਦਿਲ ਆਦਮੀ ਹੈ, ਜ਼ਿੰਦਾ ਦਿਲ ਭਤੀਜਾ ਹੈ, ਔਰ ਅੱਜ ਦੇ ਘਰ ਬੈਠੇ ਹਾਂ ਅਤੇ ਹੁਣੇ ਥੋੜ੍ਹੀ ਦੇਰ ਤੱਕ ਸਾਨੂੰ ਖਾਣਾ ਖਵਾ ਰਿਹਾ। ਥੈਂਕ ਯੂ ਜੀ, ਬਹੁਤ ਸ਼ੁਕਰੀਆ ਸਰ। ਲਓ ਜੀ, ਅੱਲਾ ਹਾਫਿਜ਼। ਅਗਰ ਆਪ ਹਮਾਰੀ ਮਜ਼ੀਦ ਵੀਡੀਓਜ਼ ਦੇਖਣਾ ਚਾਹਤੇ ਹੈ ਤੋ ਹਮਾਰਾ ਚੈਨਲ ਸਬਸਕ੍ਰਾਈਬ ਕਰੇਂ ਔਰ ਬੈਲ ਆਈਕੋਨ ਦਬਾ ਦੇਂ, ਐਸੇ ਕਰਕੇ।